ਡੇਲੀ ਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਕਰੋਨਾ ਵਾਇਰਸ ਦੇ ਮਾਮਲੇ ਵੱਧੇ ਹੀ ਜਾ ਰਹੇ ਹਨ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਆ ਕਿ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਘਰ ਵੀ कोरोना ਵੜ ਚੁੱਕਾ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਤਿੰਨ ਮੈਂਬਰਾਂ ਨੂੰ করোনা ਪੋਜ਼ੀਟਿਵ ਉਹਨਾਂ ਦੀ ਰਿਪੋਰਟ ਸਾਹਮਣੇ ਆਈ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਵੀ ਅੱਜ ਜੋ ਟੈਸਟ ਹੋਇਆ ਤੇ ਰਿਪੋਰਟ ਉਸ ਦੀ ਆ ਜਾਏਗੀ ਤੇ ਕਿਹਾ ਜਾ ਰਿਹਾ ਅੱਜ ਰਿਪੋਰਟ ਜਲਦ ਹੀ ਆ ਜਾਏਗੀ ਤੇ ਇਹ ਖਬਰ ਆ ਰਹੀ ਹੈ ਵੀ ਉਹਨਾਂ ਦੇ ਵੱਡੇ ਬੇਟੇ ਅਤੇ ਪਤਨੀ ਨੂੰ করোনা ਹੋ ਚੁੱਕਾ ਹੈ করোনা ਪੋਜ਼ੀਟਿਵ ਉਹਨਾਂ ਦੀ ਰਿਪੋਰਟ ਆਈ ਹੈ ਜੇ ਗੱਲ ਕਰੀਏ ਲਗਾਤਾਰ ਹੀ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਓਮਿਕਰੋਨ ਨੇ ਵੀ ਪੰਜਾਬ 'ਚ ਰਸ ਤੱਕ ਦੇ ਦਿੱਤੀ ਆ ਤੇ ਪੂਰੇ ਪੰਜਾਬ 'ਚ ਗੱਲ ਕਰੀਏ ਤਾਂ ਕੱਲ ਦੇ ਮਾਮਲੇ ਜੇ ਗੱਲ ਕਰਦੇ ਆ 2901 ਮਾਮਲੇ ਕਰੋਨਾ ਵਾਇਰਸ ਪੋਜ਼ੀਟਿਵ ਪੂਰੇ ਪੰਜਾਬ 'ਚੋ ਸਾਹਮਣੇ ਆਉਂਦੇ ਹਨ ਪਰ ਹੁਣ ਸਭ ਤੋਂ ਵੱਡੀ ਗੱਲ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਆ ਬਚਰਨਜੀਤ ਸਿੰਘ ਚੰਨੀ ਦੇ ਕਾਰ ਕਰੋਨਾ ਵੜ ਚੁੱਕਾ ਹੈ ਮੁੱਖ ਮੰਤਰੀ ਗੱਲ ਕਰੀਏ ਤਾਂ ਤਿੰਨ ਮੈਂਬਰ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਇਸ ਸਮੇ ਸਭ ਤੋਂ ਵੱਡੀ ਗੱਲ ਇਹ ਆ ਰਹੀਆਂ ਉਹਨਾਂ ਦੀ ਪਤਨੀ ਉਹਨਾਂ ਦੇ ਬੇਟਾ ਤੇ ਨੂੰਹ ਜੋ ਹੈ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਟੈਸਟ ਕਰਾ ਲਿਆ ਉਹਨਾਂ ਨੇ ਉਸ ਤੋਂ ਬਾਅਦ ਟੈਸਟ ਕਰਾਇਆ ਤੇ ਅੱਜ ਦੁਪਹਿਰ ਤੱਕ ਉਹ ਰਿਪੋਰਟ ਆ ਜਾਵੇਗੀ ਹੁਣ ਰਿਪੋਰਟ ਚ ਕਾਫੀ ਗੱਲਾਂ ਉੱਪਰ ਕੇ ਸਾਹਮਣੇ ਆਣ ਗਿਆ ਪਰ ਸਭ ਤੋਂ ਵੱਡੀ ਖਬਰ ਇਸ ਸਮੇ ਦੀ ਇਹ ਆ ਰਹੀ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਕਰੋਨਾ ਵੱਡ ਚੁੱਕਾ ਹੈ ਕਰੋਨਾ ਵਾਇਰਸ ਦੇ ਇਨ ਮਾਮਲੇ ਘਰ ਚੋਂ ਸਾਹਮਣੇ ਆਂਦੇ ਨੇ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਵੀ ਟੈਸਟ ਕਰਾ ਲਿਆ ਦੁਪਹਿਰ ਨੂੰ ਉਹਨਾਂ ਦੀ ਟੈਸਟ ਦੀ ਰਿਪੋਰਟ ਆਏਗੀ ਅਤੇ ਪਤਾ ਇਹ ਲੱਗਦਾ ਵੀ ਮੁੱਖ ਮੰਤਰੀ ਆਪਣੇ ਆਪ ਤੇ ਉਹਨਾਂ ਨੇ ਇਕਾਂਤ ਵਾਸ ਵੀ ਚਲੇ ਗਏ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਇਲੈਕਸ਼ਨਸ ਵੀ ਆਉਣ ਵਾਲੇ ਨੇ ਮੀਟਿੰਗਸ ਵੀ ਲਗਾਤਾਰ ਹੋ ਰਹੀਆਂ ਸੀ ਰੈਲੀਆਂ ਵੀ ਹੋ ਰਹੀਆਂ ਸੀ ਮਾਛੀਵਾੜੇ ਵੀ ਰੈਲੀ ਹੁੰਦੀ ਹੈ ਰੈਲੀ ਨੂੰ ਸੰਬੋਧਨ ਵੀ ਕਰਨ ਜਾਂਦੇ ਹਨ ਪਰ ਹੁਣ ਸਭ ਤੋਂ ਵੱਡੀ ਗੱਲ ਇਹ ਆ ਰਹੀ ਹੈ ਵੀ ਇਕਾਂਤ ਵਾਸੇ ਚਲੇ ਗਏ ਹਨ ਕਿਉਂਕਿ ਪਹਿਲਾਂ ਵੀ ਤਾਂ ਦੱਸਦੀ ਹੈ ਵੀ ਜਦੋਂ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰ ਰਹੇ ਹੁੰਦੇ ਹਨ ਉਦੋਂ ਵੀ ਇਹ ਗੱਲ ਕਹਿ ਦਿੰਦੇ ਆ ਮੇਰੇ ਆਫਿਸ 'ਚੋਂ ਦੋ ਵਿਅਕਤੀ ਜੋ ਕਰੋਨਾ ਪੋਜ਼ਿਟਿਵ ਕਰੋਨਾ ਪੋਜ਼ਿਟਿਵ ਆਏ ਸਨ ਇਸ ਲਈ ਮੈਂ ਤੁਹਾਨੂੰ ਮਿਲਣ ਨਹੀਂ ਆ ਸਕਦਾ ਮੈਂ ਮੈਸੇਜ ਭੇਜਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਮੈਨੂੰ ਮਨਾ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਵਾਸਤੇ ਅਤੇ ਇਸ ਕਰਕੇ ਉਹ ਮਿਲਣ ਨਹੀਂ ਕਰ ਗਏ ਸਨ ਰিসিਵ ਨਹੀਂ ਕਰਨ ਗਏ ਸਨ ਪਰ ਹੁਣ ਸਭ ਤੋਂ ਵੱਡੀ ਖਬਰ ਇਹ ਆ ਰਹੀ ਆ ਵੀ ਉਹਨਾਂ ਦੇ ਘਰ 'ਚ ਤਿੰਨ ਮਾਮਲੇ ਤਿੰਨ ਮਾਮਲੇ ਕਰੋਨਾ ਪੋਜ਼ੀਟਿਵ ਆਉਂਦੇ ਹਨ ਅਤੇ ਉਹਨਾਂ ਦੀ ਪਤਨੀ, ਬੇਟੇ ਅਤੇ ਨੂੰਹ ਦੀ ਜਿਹੜੀ ਰਿਪੋਰਟ ਹੈ ਉਹ ਕਰੋਨਾ ਪੋਜ਼ੀਟਿਵ ਪਾਈ ਜਾਂਦੀ ਆ ਤੇ ਗੱਲ ਕਰਦੀ ਹੈ ਦੀ ਸਭ ਤੋਂ ਵੱਡੀ ਗੱਲ ਇਹ ਆਂਦੀ ਆ ਵੀ ਲਗਾਤਾਰ ਹੀ ਪੰਜਾਬ 'ਚ ਜਿਹੜੇ ਨੇ ਕੋਵਿਡ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਇੱਕ ਵਾਰੀ ਤਾਨੂੰ ਮਾਮਲਿਆਂ ਬਾਰੇ ਵੀ ਦੱਸ ਦਿੰਦੇ ਇੱਕ ਵਾਰੀ ਮਾਮਲਿਆਂ ਬਾਰੇ ਵੀ ਰੁਕ ਕਰ ਦੋ ਤੇ ਸਭ ਤੋਂ ਵੱਡੀ ਗੱਲ ਹੈ ਵਾ ਜਿਹੜੀ ਪੋਜ਼ੀਟਿਵ ਰੇਟ ਹੈ ਉਹ 11.75% ਪਹੁੰਚ ਗਈ ਹੈ ਜਿਹੜੀ 3 ਦਿਨ ਪਹਿਲਾਂ 8% ਤੇ ਸੀਗੀ ਉਸ ਤੋਂ 3 ਦਿਨ ਪਹਿਲਾਂ ਗੱਲ ਕਰੀ ਤਾਂ ਸਿਰਫ 4% ਤੇ ਸੀਗੀ ਤਾਂ ਜਿਹੜੀ ਪੋਜ਼ਿਟਿਵ ਰੇਟ ਆ ਉਹ ਵੀ ਲਗਾਤਾਰ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਸੋ ਇਸ ਕਰਕੇ ਨਵੀਆਂ ਗਾਈਡਲਾਈਨਸ ਵੀ ਜਿਹੜੀਆਂ ਸਰਕਾਰ ਦੀਆਂ ਆਈਆਂ ਸੀ ਜਿਵੇਂ ਕਿ ਨਾਈਟ ਕਰਫਿਊ ਲਗਾ ਦਿੱਤਾ ਗਿਆ ਸੀ ਗੱਲ ਆ ਵੀਆ ਦਿੱਲੀ ਦੇ ਵਿੱਚ ਵੀਕੈਂਡ ਕਰਫਿਊ ਵੀ ਲਗਾ ਦਿੱਤਾ ਗਿਆ ਸੀ ਅਤੇ ਦਿੱਲੀ ਦੇ ਵਿੱਚ ਅੱਜ ਵੀਕੈਂਡ ਕਰਫਿਊ ਲੱਗਿਆ ਹੋਇਆ ਆਪ ਸਭ ਨੂੰ ਉਸ ਬਾਰੇ ਪਤਾ ਹੀ ਆ ਪਰ ਪਟਿਆਲੇ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕੇਸ ਜਿਹੜੇ ਨੇ ਪਟਿਆਲੇ ਤੋਂ ਸਾਹਮਣੇ ਆਉਂਦੇ ਆ 831 ਮਾਮਲੇ ਕਰੋਨਾ ਵਾਇਰਸ ਪੋਜ਼ੀਟਿਵ ਕੱਲ ਪਟਿਆਲੇ ਚੋਂ ਪਾਈ ਜਾਂਦੇ ਆ ਅਤੇ ਜਿਹੜੀ ਪੋਜ਼ੀਟਿਵ ਧਾਰਾ ਆ ਉੱਥੇ ਦੀ 33% ਪਹੁੰਚ ਜਾਂਦੀ ਹੈ 33% ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਲੁਧਿਆਣੇ ਦਾ ਨਾਮ ਆਉਂਦਾ ਹੈ 324 ਮਾਮਲੇ ਕਰੋਨਾ ਵਾਇਰਸ ਪੋਜ਼ੀਟਿਵ ਲੁਧਿਆਣੇ ਚੋਂ ਪਾਈ ਜਾਂਦੇ ਹਨ ਪਰ ਹੁਣ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਮంత్రి ਚਰਨਜੀਤ ਸਿੰਘ ਚੰਨੀ ਦਾ ਵੀ ਟੈਸਟ ਹੋਇਆ ਅੱਜ ਉਸ ਦੀ ਵੀ ਰਿਪੋਰਟ ਆਏਗੀ ਅਤੇ ਘਰ ਦੇ ਵਿੱਚੋਂ ਤਿੰਨ ਲੋਕਾਂ ਨੂੰ ਕੋਵਿਡ ਹੁੰਦਾ ਤਿੰਨ ਲੋਕ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਹਨ ਉਹਨਾਂ ਦੀ ਪਤਨੀ ਬੇਟਾ ਅਤੇ ਨੂੰਹ ਦੀ ਜਿਹੜੀ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਹੈ ਇਸ ਕਰਕੇ ਉਹ ਹੁਣ ਇਕਾਂਤ ਵਾਸਤੇ ਚਲੇ ਗਏ ਹਨ ਉਹਨਾਂ ਨੇ ਹੋਮ ਆਈਸੋਲੇਟ ਆਪਣੇ ਆਪ ਨੂੰ ਕਰ ਲਿਆ ਇਕਾਂਤ ਵਾਸਤੇ ਚਰਨਜੀਤ ਸਿੰਘ ਚੰਨੀ ਚਲੇ ਗਏ ਹਨ ਅਤੇ ਸਭ ਤੋਂ ਵੱਡੀ ਗੱਲ ਹੈ ਮੈਂ ਹੁਣ ਉਹਨਾਂ ਦੀ ਵੀ ਰਿਪੋਰਟ ਆਣੀ ਹੈ ਅੱਜ ਉਹਨਾਂ ਦੀ ਰਿਪੋਰਟ ਆਏਗੀ ਤਾਂ ਸਭ ਤੋਂ ਵੱਡੀ ਗੱਲ ਹੈ ਵਾ ਸਭ ਤੋਂ ਵੱਡੀ ਖਬਰ ਹੈ ਵਾ ਵੀ ਹੁਣ ਕਰੋਨਾ ਵਾਇਰਸ ਪੋਜ਼ਿਟਿਵ ਹੋ ਚੁੱਕੇ ਹਨ ਤੇ ਸਭ ਤੋਂ ਵੱਡੀ ਗੱਲ ਕਰੀਏ ਮੁੱਖ ਮੰਤਰੀ ਜਿਵੇਂ ਤਾਪਸam ਨੂੰ ਪਤਾ ਹੈ ਵੀ ਉਹਨਾਂ ਦੇ ਆਫਿਸ 'ਚ ਵੀ ਕਰੋਨਾ ਪੋਜ਼ੀਟਿਵ ਪਾਏ ਗਏ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਵੀ ਮੈਂ ਨਰਿੰਦਰ ਮੋਦੀ ਦੀ ਜਿਹੜੀ ਪੰਜਾਬ ਦੀ ਫੇਰੀ ਆ ਉਸ ਤੇ ਉਹਨਾਂ ਨੇ ਗੱਲਬਾਤ ਕੀਤੀ ਸੀ ਜਿਹੜੀ ਉਹਨਾਂ ਦੀ ਸਿਕਿਉਰਿਟੀ ਹੁੰਦੀ ਆ ਉਸ ਨਾਲੋਂ ਗੱਲਬਾਤ ਕਰਦੇ ਹਨ ਉਸ ਤੋਂ ਬਾਅਦ ਉਹ ਮਨ੍ਹਾ ਕਰ ਦਿੰਦੇ ਹਨ ਕਿਉਂਕਿ ਗੱਲ ਇਹ ਸਾਹਮਣੇ ਉੱਪਰ ਕੇ ਆਂਦੀ ਆ ਵੀ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਨੇ ਜੇ ਉਹਨਾਂ ਦੇ ਆਫਿਸ 'ਚ ਕੋਈ ਤਚਰਨਜੀਤ ਸਿੰਘ ਚੰਨੀ ਵੀ ਜ਼ਰੂਰ ਹੋ ਸਕਦਾ ਉਹਨਾਂ ਦੇ ਲਿੰਕ 'ਚ ਆਏ ਹੋਣ ਇਸ ਕਰਕੇ ਮਨ੍ਹਾ ਕਰ ਦਿੱਤਾ ਜਾਂਦਾ ਪਰ ਹੁਣ ਸਭ ਤੋਂ ਵੱਡੀ ਗੱਲ ਹੈ ਵੀ ਉਹ ਲੋਕਾਂ ਨੂੰ ਵੀ ਸੰਬੋਧਨ ਕਰ ਰਹੇ ਸਨ ਕਾਫੀ ਕਰ ਰਹੇ ਸਨ ਅਤੇ ਹੁਣ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੀ ਰਿਪੋਰਟ ਹਜੇ ਆਏਗੀ ਪਰ ਪੰਜਾਬ ਵਿੱਚ ਲਗਾਤਾਰ ਹੀ ਜਿਹੜੇ ਕਰੋਨਾ ਵਾਇਰਸ ਦੇ ਕੇਸਸ ਨੇ ਲਗਾਤਾਰ ਉਹ ਨਾਈ ਚਕੋਦਾਮੀ ਉਛਾਲ ਆਂਦਾ ਇੱਕੋਦਾਮੀ ਓਮਿਕਰੋਨ ਨੇ ਵੀ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਆ ਓਮਿਕਰੋਨ ਨੇ ਵੀ ਪੰਜਾਬ 'ਚ ਦਸਤਕ ਦੇ ਦਿੱਤੀ ਆ ਅਤੇ ਹੁਣ ਸਭ ਤੋਂ ਵੱਡੀ ਇਸ ਸਮੇਂ ਦੀ ਖਬਰ ਇਹ ਆ ਰਹੀ ਆ ਵੀ ਤਿੰਨ ਮੈਂਬਰਾਂ ਨੂੰ ਕਰੋਨਾ ਹੋ ਚੁੱਕਾ ਹੈ ਤਿੰਨ ਮੈਂਬਰ ਕਰੋਨਾ ਪੋਜ਼ੀਟਿਵ ਪਾਏ ਗਏ ਹਨ ਉਹਨਾਂ ਦੇ ਬੇਟੇ ਨੂੰ ਅਤੇ ਪਤਨੀ ਨੂੰ ਕਰੋਨਾ ਵਾਇਰਸ ਹੋਇਆ ਤੇ ਚਰਨਜੀਤ ਸਿੰਘ ਚੰਨੀ ਦਾਵੀ ਚੰਨੀ ਦੀ ਵੀ ਰਿਪੋਰਟ ਹਜੇ ਆਣਾ ਬਾਕੀ ਅਤੇ ਸਭ ਤੋਂ ਵੱਡੀ ਗੱਲ ਇਹ ਆਂਦੀ ਆ ਪੰਜਾਬ ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਵੇਂ ਸੈਕੰਡ ਵੇਵਸ ਦੀ ਜਦੋਂ ਹਾਈਪ ਸੀਗੀ ਉਦੋਂ ਇਹਨੇ ਮਾਮਲੇ ਆਉਂਦੇ ਸੀ ਹੁਣ ਉਨੇ ਹੀ ਮਾਮਲੇ ਉਸ ਤੋਂ ਵੱਧ ਹੀ ਮਾਮਲੇ ਆਣੇ ਸ਼ੁਰੂ ਹੋ ਗਏ ਹਨ ਅਤੇ ਜਿਹੜੀ ਪੋਜ਼ਿਟਿਵ ਧਾਰਾ ਉਹ ਵੀ ਸੈਕੰਡ ਵੇਵ ਤੋਂ ਗੱਲ ਕਰੀਏ ਤਾਂ ਵੱਧ ਚੁੱਕੀ ਹੋਈ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਕੋਰੋਨਾ ਫੈਰ ਫਸਾਰ ਰਿਹਾ ਅਤੇ ਆਪ ਸਭ ਨੂੰ ਹੁਣ ਪਤਾ ਲੱਗ ਹੀ ਗਿਆ ਹੋਵੇਗਾ ਵੀ ਘਰ ਦੇ ਵਿੱਚ ਤਿੰਨ ਮੈਂਬਰ ਪੋਸਟੇ ਪਾਏ ਜਾਂਦੇ ਹਨ ਅਤੇ ਹੁਣ ਉਹਨਾਂ ਦਾ ਵੀ ਟੈਸਟ ਹੋਇਆ ਚੰਨਜੀਤ ਸਿੰਘ ਚੰਨੀ ਦਾ ਵੀ ਟੈਸਟ ਹੋਇਆ ਅਤੇ ਦੁਪਹਿਰ ਤੱਕ ਉਸ ਦੀ ਰਿਪੋਰਟ ਆ ਜਾਏਗੀ ਪਰ ਸਭ ਤੋਂ ਵੱਡੀ ਗੱਲ ਹੈ ਉਹ ਇਸ ਸਮੇਂ ਇਕਾਂਤ ਵਾਸਤੇ ਚਲੇ ਗਏ ਹਨ ਹੋਮ ਆਈਸੋਲੇਟ ਹੋ ਚੁੱਕੇ ਹੋਏ ਹਨ